ਵੀਰੋ ਮੰਨ ਗਏ ਮਹਿੰਦਰਾ ਦੀ ਤਕਨੀਕ ਨੂੰ, ਬਹੁਤ ਟੌਪ ਦੀ ਮਸ਼ੀਨ ਆਲੂਆਂ ਦੀ ਬਿਜਾਈ ਵਾਸਤੇ ਬਣਾਈ ਆ ਮਹਿੰਦਰਾ ਨੇ। ਜੇ ਆਪਾਂ ਕਹੀਏ ਵੀ ਕਹਿੰਦੇ ਦਰਜੀ ਸੂਟ ਸਿਉਣ ਵੇਲੇ ਮਾੜਾ ਮੋਟਾ ਇੱਧਰ ਉੱਧਰ ਸਿਉਣ ਮਾਰ ਸਕਦਾ ਗਾ, ਵੀ ਇਹ ਮਸ਼ੀਨ ਆ ਜਿਹੜੀ ਇਹ ਆਲੂ ਨਹੀਂ ਇੱਧਰ ਉੱਧਰ ਸਿੱਟੂਗੀ, ਇੰਨੀ ਐਕੂਰੇਸੀ ਦੇ ਨਾਲ ਇਹ ਬਿਜਾਈ ਕਰਦੀ ਹੈਗੀ। ਬਰੀਕੀ ਦੇ ਨਾਲ ਜੇ ਦੇਖਿਆ ਜਾਵੇ ਵੀ ਹਰ ਇੱਕ ਪੱਖ ਤੋਂ ਬਹੁਤ ਜ਼ਿਆਦਾ ਫੀਚਰ ਇਸ ਮਸ਼ੀਨ ਦੇ ਵਿੱਚ ਪਾਏ ਹੋਏ ਨੇਗੇ ਮਹਿੰਦਰਾ ਨੇ। ਅੱਜ ਤੁਹਾਨੂੰ ਦਿਖਾਉਂਦੇ ਹਾਂ, ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਬਾਈ ਸੰਦੀਪ ਦੇ ਨਾਲ। ਵੀਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਇਸ ਵੀਡੀਓ ਦੇ ਵਿੱਚ। ਅੱਜ ਮੈਂ ਇਸ ਟਾਈਮ ਖੜਾਂਗਾ ਜਲੰਧਰ ਦੇ ਵਿੱਚ, ਅਤੇ ਜਲੰਧਰ ਦੇ ਵਿੱਚ ਅੱਜ ਤੁਹਾਨੂੰ ਸਪੈਸ਼ਲ ਇੱਕ ਪਲੇਸ ਇੱਦਾਂ ਹੀ ਦਿਖਾਉਣੀ ਹੈ ਜਿੱਥੇ ਖੇਤੀਬਾੜੀ ਦੇ ਨਾਲ ਸੰਬੰਧਿਤ ਆਪਾਂ ਕਹਿ ਦਈਏ ਮਸ਼ੀਨਰੀ ਤੁਹਾਨੂੰ ਸਾਰੀ ਮਸ਼ੀਨਰੀ ਇੱਕੋ ਜਗ੍ਹਾ ਤੋਂ ਮਿਲੂਗੀ, ਅਤੇ ਸਪੈਸ਼ਲੀ ਚੰਗੇ ਬ੍ਰਾਂਡ ਦੀ। ਸੋ ਮੇਰੇ ਨਾਲ ਬਾਈ ਸੰਦੀਪ ਜੀ ਨੇ। ਬਾਈ ਕੀ ਹਾਲ ਆ ਜੀ? ਬਹੁਤ ਵਧੀਆ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਬਾਈ ਜੀ, ਅਤੇ ਕੀ ਹਾਲ ਆ? ਬਹੁਤ ਵਧੀਆ ਗੁਰਪ੍ਰੀਤ ਜੀ, ਤੁਸੀਂ ਸੁਣਾਓ? ਵਧੀਆ ਵਧੀਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਹਜ਼ਰੀ ਅੱਧੀ ਵਾਜ਼ ਤੇ ਸਾਡੇ ਕੋਲ ਪਹੁੰਚਦੇ ਹੋ ਜੀ। ਮੈਂ ਤਾਂ ਸਵੇਰੇ ਕਰੀਆ ਸੀ, ਮੈਂ ਅੱਜ ਸੱਜਣਾ ਦੀ ਆਈ ਹੈ, ਸਾਨੂੰ ਕਾਲ ਜਲੰਧਰ ਤੋਂ ਮੁੱਦਤ ਪਿੱਛੋਂ ਪੁੱਛਿਆ ਉਹਨਾਂ ਹਾਲ ਜਲੰਧਰ, ਗਾਣਾ ਯਾਦ ਆਇਆ ਨਾ ਤੁਹਾਨੂੰ? ਬਿਲਕੁਲ ਬਿਲਕੁਲ ਜੀ ਜੀ। ਅਤੇ ਬਾਈ ਸੰਦੀਪ, ਜੇ ਆਪਾਂ ਗੱਲ ਕਰੀਏ ਹੁਣ ਸਪੈਸ਼ਲੀ ਇਸ ਪਲਾਂਟਰ ਦੀ, ਕਿਉਂਕਿ ਆਲੂਆਂ ਦੀ ਬਿਜਾਈ ਤੁਹਾਡੇ ਵਾਲੇ ਏਰੀਆ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਵੀ ਹੁੰਦੀ ਹੈ, ਹਨਾ? ਹਾਂਜੀ ਹਾਂਜੀ। ਇਸ ਪਲਾਂਟਰ ਦੇ ਵਿੱਚ ਕੀ ਖਾਸੀਅਤ ਹੈਗੀ ਜੇ ਆਪਾਂ? ਦੇਖੋ ਜੀ, ਇਹ ਜਿਹੜਾ ਇਹ ਮਹਿੰਦਰਾ ਵੱਲੋਂ ਲਾਂਚ ਕੀਤਾ ਗਿਆ ਫੁੱਲੀ ਆਟੋਮੈਟਿਕ ਪਲਾਂਟਰ ਹੈਗਾ, ਜਿਹੜਾ ਕਿ ਇਹਨਾਂ ਨੇ ਕੋਲੈਬੋਰੇਸ਼ਨ ਨਾਲ ਲੈ ਕੇ ਆਉਂਦਾ ਇੰਡੀਆ ਦੇ ਵਿੱਚ। ਮਹਿੰਦਰਾ ਦੀ ਕੋਲੈਬੋਰੇਸ਼ਨ ਹੈਗੀ ਜੀ ਮਹਿੰਦਰਾ ਡਿਵੋਲਵ ਕੰਪਨੀ ਨਾਲ ਹੈਗੀ ਆ। ਇਹ ਨੀਦਰਲੈਂਡ ਦੀ ਬੇਸਿਕਲੀ ਕੰਪਨੀ ਹੈਗੀ ਆ ਜੀ, ਜਿਹੜੀ ਪਲਾਂਟਿੰਗ ਦੇ ਵਿੱਚ ਨੰਬਰ 1 ਸੋਲੂਸ਼ਨ ਪ੍ਰੋਵਾਈਡ ਕਰਦੀ ਹੈ ਜੀ ਵਰਲਡ ਲੈਵਲ ਦੇ ਉੱਤੇ। ਇਹਦੀਆਂ ਕੁਛ ਸਪੈਸੀਫਿਕੇਸ਼ਨ ਜਿਹੜੀਆਂ ਖਾਸੀਅਤ ਹੈਗੀਆਂ ਜਿਹੜੀਆਂ ਬਾਕੀ ਇਹਨਾਂ ਨੂੰ ਲਹਿਦਾ ਕਰਦੀਆਂ, ਜੇ ਆਪਾਂ ਗਿਣਨ 'ਤੇ ਆਈਏ, ਜਿਵੇਂ ਇਹਨਾਂ ਦੇ ਕੱਪ ਸਿਸਟਮ ਆਪਾਂ ਦਿਖਾਈਏ, ਆਹ ਕੱਪ ਸਿਸਟਮ ਹੈਗਾ ਜੀ ਇਹਦੇ, ਇਹ ਕੱਪ ਸਿਸਟਮ ਇਹਨਾਂ ਦੇ ਪੇਟੈਂਟ ਆ। ਓਕੇ, ਇਹ ਵਿੱਚ ਪੰਜੇ ਦੀ ਤਰ੍ਹਾਂ ਹੈਗਾ ਜੀ, ਵਿੱਚੋਂ ਖਾਲੀ ਆ ਇਹ ਮਸ਼ੀਨ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ। ਇਹ ਇਹਦੇ ਥੱਲੇ ਬ੍ਰਸ਼ ਲੱਗਾ ਹੋਇਆ ਜੀ, ਬੈਲਟ ਜਦੋਂ ਉਹਨੂੰ ਗੇੜਾ ਆਉਂਦਾ ਤੇ ਇਹ ਬੈਲਟ ਥੱਲੋਂ ਸਾਫ਼ ਹੋ ਕੇ ਆਉਂਦੀ ਆ ਜੀ। ਜੇ ਕੋਈ ਮਤਲਬ ਮਿੱਟੀ ਕਹਿ ਲਓ ਜਾਂ ਕੋਈ ਗਿੱਲਾ ਆਲੂ ਦਾ ਛਿਲਕਾ ਲੈ ਲਓ, ਇਹ ਆਪਣੇ ਆਟੋਮੈਟਿਕ ਕਲੀਨ ਹੋ ਕੇ ਆਉਂਦਾ। ਠੀਕ ਹੈ, ਉਹਦੇ ਨਾਲ ਕੀ ਹੈ ਕਿ ਆਲੂ ਫਿਰ ਜਿਹੜਾ ਬੈਲਟ ਦੇ ਉੱਤੇ ਹੁੰਦਾ ਜੀ, ਜੇ ਆਪਾਂ ਕਹਿੰਦੇ ਉੱਤੇ ਉਹਨੂੰ ਸਪੇਸ ਪੂਰੀ ਮਿਲਦੀ ਆਪਦੀ, ਆਲੂ ਬੈਲਟ ਤੋਂ ਮਿਸਿੰਗ ਨਹੀਂ ਮਾਰਦਾ ਵਿੱਚ। ਓਕੇ, ਮਤਲਬ ਬੈਲਟ ਮਿਸਿੰਗ ਜਾਈ ਦੇ ਵਿੱਚ ਐਕੂਰੇਸੀ ਜ਼ਿਆਦਾ, ਐਕੂਰੇਸੀ ਹੋ ਜਾਂਦੀ ਹੈ ਜੀ, ਕਿਉਂਕਿ ਕੱਪ ਸੈਲਫ ਕਲੀਨ, ਕੱਪ ਸੈਲਫ ਕਲੀਨਿੰਗ ਹੈ, ਕੱਪਾਂ ਨੂੰ ਕਲੀਨ ਕਰਨ ਦੀ ਲੋੜ ਨਹੀਂ ਪੈਂਦੀ, ਉਹ ਆਪਦੀ ਜਗ੍ਹਾ ਨੂੰ ਆਲੂ ਨੂੰ ਪੂਰੀ ਮਿਲਦੀ ਹੈ ਉੱਥੇ ਬੈਠਣ ਨੂੰ, ਤੇ ਉਹ ਕੋਈ ਆਲੂ ਮਿਸਿੰਗ ਨਹੀਂ ਵੱਜਦੀ, ਮਿਸਿੰਗ ਨਹੀਂ ਵੱਜਦੀ। ਉਸ ਤੋਂ ਬਾਅਦ ਇਹਦੇ 'ਚ ਜਿਹੜੀ ਦੂਜੀ ਵਿਸ਼ੇਸ਼ਤਾ ਹੈਗੀ ਆ ਜੀ, ਜਿਹੜੀ ਇਹਦੇ ਵਿੱਚ ਜਿਹੜਾ ਫਲੋਰ ਹੈਗਾ ਜੀ ਨੀਚੇ, ਆ ਉੱਤੋਂ ਦੀ ਤੁਸੀਂ ਦੇਖੋਗੇ ਆਹ ਜਾਲੀਆਂ ਲੱਗੀਆਂ ਜੀ ਵਿੱਚ ਜੀ, ਇਹ ਫਲੋਰ ਮੂਵਿੰਗ ਆ। ਓਕੇ, ਇਹ ਇਹਦੇ ਛਾਨਣਾ ਵੀ ਕੰਮ ਕਰਦਾ, ਇਹ ਆਲੂ ਨੂੰ ਬੈਲਟ ਤੇ ਵੀ ਧੱਕੇ ਨਾਲ ਚਾੜਦਾ, ਮਤਲਬ ਹਿੱਲਦਾ ਨਹੀਂ, ਜਾਮ ਨਹੀਂ ਹੋ ਰਿਹਾ ਜੀ। ਮੈਂ ਟਾਇਰ ਘੁਮਾਉਣਾ, ਤੁਸੀਂ ਉੱਤੇ ਵੇਖਿਓ, ਹਿੱਲਿਆ ਜੀ ਜੀ। ਇਹ ਇਹਦੇ ਛਾਨਣੇ ਦਾ ਵੀ ਕੰਮ ਕਰਦਾ, ਕੋਈ ਮਿੱਟੀ ਹੋਵੇ, ਮਤਲਬ ਆਪ ਇਹ ਫੀਚਰ ਕਿਸੇ ਹੋਰ ਮਸ਼ੀਨ 'ਚ ਹੈ ਨਹੀਂ, ਇਹ ਹਾਈ ਸੈਗਮੈਂਟ ਦੀ ਮਸ਼ੀਨਾਂ ਹੈਗੀਆਂ ਜੀ, ਇੰਪੋਰਟਡ ਜੀ, ਇੰਪੋਰਟਡ ਮਸ਼ੀਨ ਕਿਸੇ ਹੋਰ ਮਸ਼ੀਨ 'ਚ ਇਹ ਫੀਚਰ ਹੈ ਹੀ ਨਹੀਂ ਹੈਗਾ। ਇਹ ਫੀਚਰ ਜੇ ਆਪਾਂ ਫਰੰਟ ਦੇ ਉੱਤੇ ਗੱਲ ਕਰੀਏ ਤੇ ਆਹ ਟਾਇਰ ਵਗੈਰਾ ਜਿਵੇਂ ਲੱਗਿਆ ਹੋਇਆ ਜਾਂ ਹੋਰ, ਇਹ ਕਿਸ ਪਰਪਜ਼ ਵਾਸਤੇ ਹੈਗਾ? ਇਹ ਦੇਖੋ, ਇਹ ਦੋ ਪਲਾਂਟਰ ਦੇ ਮਾਡਲ ਹੈਗੇ ਜੀ, ਇਹ ਮਾਡਲ ਹੈਗਾ ਵਿਦਆਊਟ ਖਾਦ ਵਾਲਾ ਜੀ। ਓਕੇ, ਉਹ ਮਾਡਲ ਹੈਗਾ ਵਿਦ ਫਰਟੀਲਾਈਜ਼ਰ ਬਾਕਸ, ਮਤਲਬ ਫਰਟੀਲਾਈਜ਼ਰ ਉਹਦੇ ਵਿੱਚ ਪਿਆ। ਹਾਂ, ਇਹਦੇ ਵਿੱਚ ਇਹ ਹੈਗਾ ਜੀ ਕਿ ਬਈ ਇਹਦੇ 'ਚ ਟਾਇਰ ਲੱਗਾ ਡੈਪਥ ਕੰਟਰੋਲ ਕਰਨ ਨੂੰ ਹੈ ਆਲੂ ਦੀ, ਕਿੰਨੀ ਡੈਪਥ ਕੰਟਰੋਲ ਕਰ ਸਕਦੇ ਹੋ ਤੁਸੀਂ ਜੀ, ਆਲੂ ਦੀ ਡੈਪਥ ਕੰਟਰੋਲ ਹੋ ਜੂਗੀ, ਤੁਸੀਂ ਆਲੂ ਕਿੰਨਾ ਡੂੰਘਾ ਜਾਣਾ ਹੈਗਾ ਹੈਗਾ ਜੀ। ਪਲੱਸ ਇਹਦੇ 'ਚ ਪੈਲੋਗ੍ਰਾਮ ਸਿਸਟਮ ਲੱਗਾ, ਜਦੋਂ ਤੁਸੀਂ ਬਿਜਾਈ ਕਰਦੇ ਹੋ ਤਾਂ ਇਹਦਾ ਆਟੋਮੈਟਿਕ ਮਾਰਕਾ ਜਿਹੜਾ ਹੁੰਦਾ ਇੱਕ ਖੇਲ ਦੇ ਵਿੱਚ ਟਾਇਰ ਰਹਿੰਦਾ ਜੀ ਟਰੈਕਟਰ ਦਾ, ਉਹਦੇ ਨਾਲ ਕੀ ਮਸ਼ੀਨ ਪਿੱਛੋਂ ਬੈਲੈਂਸ ਨਹੀਂ ਵਿਗਾੜਦੀ। ਇਹਦੇ 'ਚ ਇਹ ਪੈਲੋਗ੍ਰਾਮ ਸਿਸਟਮ ਹੈਗਾ, ਮਸ਼ੀਨ ਪਿੱਛੋਂ ਸਿੱਧੀ ਚੱਲੂਗੀ ਤੁਹਾਡੀ ਚਾਹੇ ਟਾਇਰ ਵਿੱਚ ਇੱਕ ਖੇਲਦੇ ਹੋਵੇ। ਇਹ ਸਿਸਟਮ ਵੀ ਹੋਰ ਕਿਸੇ ਹਾਈ ਐਂਡ ਮਸ਼ੀਨ ਤੇ ਨਹੀਂ ਆਉਂਦਾ, ਨਹੀਂ ਆਉਂਦਾ, ਇਹ ਕੱਲਾ ਮਹਿੰਦਰਾ ਡਿਵੋਲ ਪ੍ਰੋਵਾਈਡ ਕਰ ਰਹੀ ਹੈ ਵਿਦਆਊਟ ਫਰਟੀਲਾਈਜ਼ਰ। ਮਤਲਬ ਉਹ ਟਾਇਰ ਜੇ ਥੱਲੇ ਵੀ ਨਹੀਂ ਲੱਗ ਰਿਹਾ ਹੈਗਾ, ਇਹ ਨਹੀਂ ਨਹੀਂ ਇਹ ਦੋਨੇ ਟਾਇਰ ਤੁਹਾਡੇ ਜ਼ਮੀਨ ਤੇ ਰਹਿਣਗੇ ਜੀ ਖੇਤ ਦੇ, ਜਦੋਂ ਟਾਇਰ ਤੁਸੀਂ ਖੇਲ ਚ ਪਾਓਗੇ ਦੂਜਾ ਟਾਇਰ। ਓਕੇ, ਟਰੈਕਟਰ ਦਾ ਟਾਇਰ? ਹਾਂਜੀ ਹਾਂਜੀ, ਜਿਵੇਂ ਆਪਾਂ ਪਲਾਓ ਚੱਲਦੇ, ਪਲਾਓ ਚੱਲਦੇ, ਹਾਂ ਟਰੈਕਟਰ ਟੇਢਾ ਟੇਢਾ ਹੋ ਜਾਂਦਾ, ਇਹਦੇ 'ਚ ਸਿੱਧਾ ਰਹੂਗਾ ਤੁਹਾਡਾ ਪਲਾਂਟਰ, ਮਤਲਬ ਪਲਾਂਟਰ ਆਪਣਾ ਪਲਾਂਟਰ ਆਪਦੀ ਸਪੇਸ ਤੇ ਰਹੂਗਾ, ਯਾਨੀ ਆਪਣੇ ਜਿਹੜੇ ਆਲੂ ਵਾਲੀਆਂ ਵੱਟਾਂ ਹੋਣਗੇ ਬੈੱਡ ਹੋਣਗੇ, ਉਹਨਾਂ ਦਾ ਬੈਲੈਂਸ ਇੱਕੋ ਜਿਹਾ ਰਹੂ, ਪਾਣੀ ਪੂਰੀ ਲਾਉਣ ਵੇਲੇ ਆਪਾਂ ਨੂੰ ਕੋਈ ਦਿੱਕਤ ਨਹੀਂ। ਬਿਲਕੁਲ ਬਿਲਕੁਲ ਬਿਲਕੁਲ, ਬੈਲੈਂਸ ਇੱਕੋ ਜਿਹਾ ਰਹੂਗਾ ਇਹਨਾਂ ਦਾ। ਫਿਰ ਇਸ ਮਸ਼ੀਨ ਦੀ ਹੋਰ ਜਿਹੜੀ ਵਿਸ਼ੇਸ਼ਤਾ ਸਭ ਨਾਲੋਂ ਵੱਖਰੀ, ਤੁਸੀਂ 24 26 28 30 ਜਿੱਥੇ ਮਰਜ਼ੀ ਇਸ ਪਲਾਂਟਰ ਨੂੰ ਤੁਸੀਂ ਆਲੂ ਲਾ ਲਓ, ਕਿੰਨੀ ਮਰਜ਼ੀ ਵਿਰਥ ਰੱਖ ਲਓ, ਜਿੰਨੀ ਮਰਜ਼ੀ ਵਿਰਥ ਰੱਖ ਲਓ, ਤੁਸੀਂ ਇੱਕ ਵਨ ਟਾਈਮ ਇਨਵੈਸਟਮੈਂਟ ਕਰਨੀ ਹੈ ਜੀ, ਤੁਹਾਡਾ 20 ਤੋਂ 25 ਸਾਲ ਦਾ ਕਹਿ ਲਓ ਗਹਿਣਾ ਬਣ ਜਾਣਾ ਜੀ ਇੱਕ।
ਕਿਸੇ ਮਰਜ਼ੀ ਤਕਨੀਕ ਨਾਲ ਬਿਜਾਈ ਕਰੀ ਚੱਲੀਏ। ਹਾਂਜੀ ਹਾਂਜੀ, ਜਿਵੇਂ ਆਪਣਾ ਇਹ ਕੀ ਹੈਗਾ ਜੀ, ਆਪਣਾ ਜਿਵੇਂ ਸਮਾਂ ਬਦਲਦਾ ਜਾਂਦਾ, ਪਹਿਲਾਂ 22 ਤੇ ਆਲੂ ਲੱਗਦਾ ਸੀ ਜੀ, ਫਿਰ 24 ਇੰਚ ਦੇ ਲੱਗਣ ਲੱਗ ਗਿਆ, ਹੁਣ 26 ਇੰਚ ਦੀ ਵਾਰੀ ਆ ਗਈ ਹੈ ਜੀ। ਇਹਦੇ ਨਾਲ ਕੀ ਆ, ਤੁਹਾਨੂੰ ਮਸ਼ੀਨ ਤੇ ਵਨ ਟਾਈਮ ਇਨਵੈਸਟਮੈਂਟ ਆ। ਆ ਇਹ ਜਿਹੜੇ ਟਾਇਰ ਆ ਇੱਥੋਂ ਇਹ ਹੁੰਦੀ, ਇਹਨਾਂ ਦੀ ਡੈਪਥ ਕੰਟਰੋਲ ਹੋ ਜਾਂਦੀ ਹੈ, ਠੀਕ ਹੈ ਜੀ। ਆਲੂ ਦੀ ਟਾਇਰ ਤੇ ਨੀਚੇ ਹੋਏ ਨੇ ਆਹ ਛੇਕ ਦਿੱਤੇ ਹੋਏ ਜੀ, ਟਾਇਰ ਬਾਹਰ ਅੰਦਰ ਕਰਨ ਨੂੰ, ਠੀਕ ਹੈ, ਰੋਡ ਦੇ ਵਿੱਚ। ਹਾਂਜੀ, ਸਾਰੀ ਮਸ਼ੀਨ ਬਾਹਰ ਅੰਦਰ ਹੋ ਜਾਣਗੇ ਤੇ ਇਧਰੋਂ ਮਤਲਬ ਆਪਾਂ ਇਹਨਾਂ ਦੀ ਐਡਜਸਟ ਕਰ ਸਕਦੇ ਆ ਆਪਣੇ ਰਿਜਰਸ ਨੇ ਜਿਹੜੇ। ਬਿਲਕੁਲ ਬਿਲਕੁਲ, ਸਾਰੀ ਮਸ਼ੀਨ ਟੋਟਲ ਤੁਹਾਡੀ ਰੀਇੰਸਟਾਲ ਹੋਊਗੀ, ਠੀਕ ਹੈ। ਉਹਦੇ 'ਚ 2 ਤੋਂ 3 ਘੰਟੇ ਦਾ ਸਮਾਂ ਲੱਗਦਾ, ਜਿਹੜਾ ਕਿ ਤੁਸੀਂ ਸਾਨੂੰ ਕਾਲ ਕਰਨੀ ਹੈ, ਮਹਿੰਦਰਾ ਦੀ ਟੀਮ ਉੱਥੇ ਜਾਊਗੀ, ਤੁਹਾਡੇ ਘਰੇ ਜਾ ਕੇ ਕੰਮ ਕਰਕੇ ਆਊਗੀ ਇਹ ਸਾਰਾ। ਮੈਂ ਤੁਹਾਨੂੰ ਇਹ ਨਹੀਂ ਹੈ ਜਿਵੇਂ ਹੁਣ ਆਪਾਂ ਕੋਈ ਵੀ ਹੋਰ ਪਲਾਂਟਰ ਲੈਂਦੇ ਜਾਂ ਡੋਮੈਸਟਿਕ ਪਲਾਂਟਰ ਲੈਂਦੇ ਹਾਂ ਆਪਾਂ ਪੰਜਾਬ ਲੈਵਲ ਦੇ ਉੱਤੇ, ਉਹ ਆਪਾਂ ਇੱਕ ਵਾਰੀ ਕਹਿ ਕੇ ਜਾਂਦੇ ਜੀ ਸਾਨੂੰ 24 ਦੀ ਮਸ਼ੀਨ ਦੇ ਦਿਓ, 25 ਦੀ ਦੇ ਦਿਓ, 26 ਦੀ ਦੇ ਦਿਓ, ਉੱਦਾਂ ਬਣਾ ਦਿੰਦੇ ਉਹ ਮਸ਼ੀਨ ਵੇਰੀ ਨਹੀਂ ਕਰਦੀ, ਠੀਕ ਹੈ। ਉਹ ਤੁਸੀਂ ਜੇ ਕੱਲ ਨੂੰ 26 ਤੇ ਜਾਣਾ, ਜੇ ਮੰਨ ਲਓ 24 ਦੀ ਮਸ਼ੀਨ ਲੈ ਲਈ 26 ਤੇ ਜਾਣਾ, ਤੁਹਾਨੂੰ ਮਸ਼ੀਨ ਹੀ ਚੇਂਜ ਕਰਨੀ ਪੈਂਦੀ ਹੈ। ਬਿਲਕੁਲ, ਇਹਦੇ ਵਿੱਚ ਤੁਹਾਨੂੰ 0 ਪੈਸੇ ਦੀ ਇਨਵੈਸਟਮੈਂਟ ਹੈ। ਤੁਹਾਨੂੰ ਜੋ ਅਸੀਂ ਮਸ਼ੀਨ ਡਿਲੀਵਰ ਕਰਾਂਗੇ ਸਾਰੇ ਇਕਵਿਪਮੈਂਟ ਨਾਲ ਆਉਣਗੇ। ਓਕੇ, ਤੁਸੀਂ ਜਦੋਂ ਮਤਲਬ ਅੱਜ ਤੋਂ 5 ਸਾਲ ਬਾਅਦ ਮੰਨ ਲਓ ਤੁਸੀਂ ਵੇਰੀ ਕਰਨਾ, 24 ਤੋਂ 26 ਜਾਣਾ, 26 ਤੋਂ 28 ਜਾਣਾ, ਤੁਹਾਨੂੰ ਸਾਰਾ ਸਮਾਨ ਨਾਲ ਮਿਲੂਗਾ। ਤੁਸੀਂ ਸਿਰਫ ਮਹਿੰਦਰਾ ਦੀ ਟੀਮ ਨੂੰ ਦੱਸਣਾ, ਉਹ ਘਰੇ ਆ ਕੇ ਤੁਹਾਡਾ ਸਾਰਾ ਕੰਮ ਕਰਕੇ ਜਾਊਗਾ। ਕੋਈ ਚਾਰਜ ਵੀ ਲਊਗੀ ਟੀਮ? ਨਹੀਂ, 3 ਸਾਲ ਤੱਕ ਜੀ ਲੇਬਰ ਕਾਸਟ ਬਿਲਕੁਲ ਫ੍ਰੀ ਹੈ। 3 ਸਾਲ ਤੱਕ ਇਸ ਮਸ਼ੀਨ ਦੀ ਬਿਲਕੁਲ ਲੇਬਰ ਕਾਸਟ ਫ੍ਰੀ। ਕੁਝ ਵੀ ਸਪੋਰਟ ਫਾਰਮਰ ਨੂੰ ਚਾਹੀਦੀ ਹੋਈ ਉਹ ਕੰਪਨੀ ਬਿਲਕੁਲ, ਤੁਹਾਨੂੰ ਨਹੀਂ ਤੁਹਾਡਾ ਕੁਝ ਤੁਹਾਨੂੰ ਪਤਾ ਨਹੀਂ ਚੱਲਦਾ ਪਿਆ ਕਿ ਹਾਂਜੀ ਮਸ਼ੀਨ ਦੀ ਕੋਈ ਪ੍ਰੋਬਲਮ ਹੈ, ਤੁਸੀਂ ਦੱਸੋ। ਜੇ ਤੁਹਾਡਾ ਪਾਰਟ ਵੀਅਰ ਇੰਟੀਰੀਅਰ ਵਾਲਾ ਹੈਗਾ, ਉਹ ਪਾਰਟ ਦਾ ਪੇਮੈਂਟ ਲੱਗੂ ਜੀ, ਤੁਹਾਡੀ ਲੇਬਰ ਕਾਸਟ ਬਿਲਕੁਲ ਜ਼ੀਰੋ ਹੋਊਗੀ। ਇਸ ਤੋਂ ਬਾਅਦ ਇਹਦੀ ਜਿਹੜੀ ਇੱਕ ਹੋਰ ਵਿਸ਼ੇਸ਼ਤਾ, ਆਹ ਜਿਹੜਾ ਇਹਦੇ ਆਪਾਂ ਫਾਲੇ ਕਹਿ ਲਈਏ, ਇਹ ਫਾਲੇ ਜਿਹੜੇ ਹੈਗੇ ਆ ਜੀ, ਇਹ ਬੈਂਡ ਦੇ ਵਿੱਚ ਆ। ਤੁਸੀਂ ਜਿੰਨੇ ਮਾਰਕੇ ਜਿੰਨੇ ਪਲੰਟਰ ਦੇਖੇ ਹੋਣਗੇ, ਉਹ ਫਾਲੇ ਸਾਰੇ ਰਾਊਂਡ ਸ਼ੇਪ 'ਚ ਹੁੰਦੇ, ਗਲਾਈ 'ਚ ਹੁੰਦੇ, ਗਲਾਈ 'ਚ ਹੁੰਦੇ ਆ। ਇਹ ਹੈਗੇ ਫ੍ਰੀ ਫਾਲਿੰਗ ਹੈਗੇ ਆ ਜੀ, ਇਹ ਮਸ਼ੀਨ ਥੱਲੇ ਲੱਗੀ ਹੋਈ ਹੈ ਤਾਂ ਕਰਕੇ ਹਿਲਦੇ ਨਹੀਂ ਪਏ। ਜਦੋਂ ਤੁਸੀਂ ਲਿਫਟ 'ਤੇ ਚੱਕੋਗੇ ਇਹ ਫਾਲੇ ਹਿਲਦੇ ਆ, ਠੀਕ ਹੈ। ਜਦੋਂ ਮਸ਼ੀਨ ਤੁਰ ਪੈਂਦੀ ਆ ਇਹ ਫਾਲੇ ਸਿੱਧੇ ਹੋ ਜਾਂਦੇ ਆ, ਠੀਕ ਹੈ, ਆਪਣੀ ਜਗ੍ਹਾ ਤੇ। ਉਸ ਤੋਂ ਬਾਅਦ ਇਹਦਾ ਕੀ ਹੈਗਾ ਜੀ, ਜਦੋਂ ਫਾਲਾ ਜਦੋਂ ਆਪਾਂ ਇਹ ਚੀਜ਼ ਆ ਇਹ ਥੱਲੋਂ ਵੱਟ ਨੂੰ ਟਾਈਟ ਰੱਖਦਾ, ਉੱਤੋਂ ਪੋਲਾ ਰੱਖਦਾ, ਇਹਦੀ ਸਭ ਤੋਂ ਵਧੀਆ ਤੁਹਾਨੂੰ ਐਗਜ਼ਾਮਪਲ ਰਿਜ਼ਲਟ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਹੁਣ ਪਰਾਲੀ ਦਾ ਸੀਜ਼ਨ ਹੈਗਾ, ਪਰਾਲੀ ਦਾ ਯੁੱਗ ਚੱਲਦਾ ਪਿਆ, ਜਦੋਂ ਦੀ ਪਰਾਲੀ ਨੂੰ ਅੱਗ ਲਾਉਣੀ ਬੰਦ ਹੋਈ ਆ, ਜਿਹੜਾ ਜ਼ਿਮੀਂਦਾਰ ਪਰਾਲੀ ਵਿੱਚ ਵਾਹ ਕੇ ਆਲੂ ਲਾਉਂਦਾ, ਉਹ ਜਿਹੜਾ ਲਾਉਂਦਾ ਪਿਆ ਉਹਦਾ ਆਲੂ ਦਾ ਰੰਗ ਵਧੀਆ ਨਿਕਲਦਾ ਪਿਆ, ਕਿਉਂਕਿ ਪਰਾਲੀ ਹੌਲੀ ਹੌਲੀ ਗਲਦੀ ਆ, ਪੋਲੀ ਰਹਿੰਦੀ ਆ, ਜਦੋਂ ਤੱਕ ਆਲੂਆਂ ਦੀ ਗਰੋਥ ਕਰਦਾ ਰਹਿੰਦਾ ਬੱਟ ਪੋਲੀ ਰਹਿੰਦੀ ਆ। ਇਹ ਪੇਟੈਂਟ ਡਿਜ਼ਾਈਨ ਹੈ ਵਰਲਡ ਲੈਵਲ ਦੇ ਉੱਤੇ ਇਹ ਫਾਲਿਆਂ ਦਾ, ਮਤਲਬ ਕੋਈ ਹੋਰ ਕੰਪਨੀ ਨਹੀਂ ਇਦਾਂ ਦਾ ਡਿਜ਼ਾਈਨ ਲਾ ਸਕਦੀ? ਨਾ 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 ਜੀ, ਇਹ ਇਟ ਮੀਨਸ ਆਪਾਂ ਨੂੰ ਇਹ ਫਾਲਾ ਕਿਸੇ ਹੋਰ ਕੰਪਨੀ 'ਚ ਮਿਲ ਹੀ ਨਹੀਂ ਰਿਹਾ। ਹੁਣ ਲੋਕਲ ਲੈਵਲ ਤੇ ਕੋਈ ਡਿਵੈਲਪ ਕਰਕੇ ਥੋੜੀ ਮੋਟੀ ਕਰਕੇ ਕੁਝ ਕਰ ਲਵੇ, ਪਰ ਜਿਹੜਾ ਚੱਲੂਗਾ, ਹਾਂ ਇਹ ਕਹਿ ਲਓ ਕਿ ਤੁਹਾਡੀ ਅਲਟੀਮੇਟ ਕੈਲਕੂਲੇਸ਼ਨ ਹੈਗੀਆਂ ਜੀ, ਜਿਹੜੀਆਂ ਕਹਿ ਲਓ ਕਿ ਬਾਹਰਲੇ ਲੈਵਲ ਦੇ ਉੱਤੇ ਰਿਜ਼ਲਟ ਲੈ ਕੇ ਇੱਥੇ ਇੰਪਲੀਮੈਂਟ ਕੀਤੀਆਂ ਗਈਆਂ ਹੋਈਆਂ। ਮਤਲਬ ਇਹ ਮਸ਼ੀਨ ਦੇ ਵਿੱਚ ਫਾਲਾ ਕਹਿ ਲਓ, ਮਹਿੰਦਰਾ ਦੇ ਵੱਲੋਂ ਇੱਕ ਚੰਗੀ ਚੀਜ਼ ਭਾਰਤ ਦੇ ਕਿਸਾਨਾਂ ਵਾਸਤੇ ਲਿਆਂਦੀ ਗਈ ਹੈ ਬਾਹਰਲੀ ਤਕਨੀਕ। ਬਿਲਕੁਲ, ਇਹਦੇ ਵਿੱਚ ਹੋਰ ਤੁਹਾਨੂੰ ਦੱਸਾਂ ਜੀ ਕਿ ਇਸ ਮਸ਼ੀਨ ਨਾਲ ਤੁਸੀਂ ਆਲੂ ਲਾਉਂਦੇ ਹੋ, ਜਿਹੜੇ ਸਾਡੇ ਏਰੀਏ ਵਿੱਚ ਜ਼ਿਮੀਂਦਾਰ ਹੈਗੇ ਆ ਜੋ ਇਹਨੂੰ ਚਲਾ ਰਹੇ ਆ, ਸੂਝਵਾਨ ਲੋਕ ਚਲਾ ਰਹੇ ਆ, ਉਹਨਾਂ ਦੇ ਮੂੰਹ ਕਹਿਣੀ ਹੈਗੀ ਹੈ, ਮੂੰਹ ਬਾਤ ਕਹਿ ਲਓ ਹੈਗੀ ਆ ਕਿ 15 ਬੈਗ ਅਸੀਂ ਔਸਤ ਕਿੱਲੇ ਤੋਂ ਵੱਧ ਲੈ ਰਹੇ ਹਾਂ, 15 ਬੈਗ। ਅੱਛਾ, ਤੇ ਆਮ ਤੌਰ ਤੇ ਮਤਲਬ ਘੱਟੋ ਘੱਟ ਰੇਟ ਉਦੋਂ ਜੋ ਆਪਾਂ ਲਾ ਕੇ ਚੱਲਦੇ ਹੈਗੇ ਆ, ਜੇ 700 ਤੋਂ 1000 ਰੁਪਇਆ ਚੱਲਦਾ ਗੱਟੇ ਦਾ ਰੇਟ, ਪੈਕਟ ਦਾ ਰੇਟ ਕਹਿ ਲਓ, ਤੇ ਜੇ ਤੁਸੀਂ 15 ਬੈਗ ਦੀ ਲਾ ਲਓ 1000 ਦੇ ਹਿਸਾਬ ਨਾਲ, 15,000 ਦੀ ਔਸਤ ਪਲੰਟਰ ਦੀ ਵੱਧ ਨਿਕਲਦੀ ਆ। ਉਸ ਤੋਂ ਬਾਅਦ ਜੇ ਤੁਸੀਂ ਆਪਾਂ ਮਾਰਕੇ ਨਾਲ ਆਲੂ ਲਾਉਂਦੇ ਹਾਂ, ਤੁਹਾਨੂੰ ਮਾਰਕਾ ਵੀ ਲਾਉਣਾ ਪੈਂਦਾ, ਖਾਦ ਵੀ ਪਾਉਣੀ ਪੈਂਦੀ, ਸਭ ਕੁਛ ਹੈਗਾ, ਉਹ 3 ਤੋਂ 4 ਟਰੈਕਟਰ ਵੱਜਦੇ ਆ, ਇਹਦੇ 'ਚ ਇੱਕੋ ਟਰੈਕਟਰ ਆ ਜਿਹਦੇ ਮਗਰ ਆਲੂ ਵੀ ਵਿੱਚ ਪੈ ਜਾਣੇ ਆ, ਤੇ ਖਾਦ ਦੇ 2 ਆਹ ਮਾਡਲ ਖਾਦ ਵਾਲਾ ਜੀ, ਇਹ ਮਾਡਲ ਵਿਦਆਊਟ ਖਾਦ ਵਾਲਾ ਹੈਗਾ, ਖਾਦ ਵੀ ਨਾਲ ਪੈ ਜਾਣੀ ਹੈ, ਕੁਛ ਨਹੀਂ ਕਰਨਾ। ਮਾਰਕੇ ਦੇ ਆਲੂ ਵਿੱਚ ਕੀ ਹੁੰਦਾ, ਤੁਸੀਂ ਆਲੂ ਪਹਿਲਾਂ ਮਾਰਕਾ ਲਾਉਂਦੇ ਹੋ, ਆਲੂ ਰੱਖ ਦਿੰਦੇ ਹੋ, ਜੇ ਧੁੱਪ ਪੈ ਗਈ ਆਲੂ ਪਟਾਕਾ ਮਾਰ ਲੈਂਦਾ, ਇਹਦੇ 'ਚ ਕੁਛ ਨਹੀਂ, ਸਿੱਧਾ ਟਰਾਲੀ ਲਿਆਓ, ਗੱਟੇ ਪਾਓ ਵਿੱਚ, ਮਸ਼ੀਨ ਦੀ ਬਿਜਾਈ ਸ਼ੁਰੂ ਕਰ ਦਿਓ। ਤੁਹਾਨੂੰ ਕੋਈ ਧੁੱਪ ਲੱਗਣ ਦਾ ਨਹੀਂ। ਆਪਾਂ ਇਦਾਂ ਗੱਲ ਕਰ ਰਹੇ ਸੀਗੇ ਵੀ ਇਹ ਪਹਿਲਾਂ ਮਤਲਬ ਲਾਈਨ ਬਣਦੀ ਹੈਗੀ ਫਿਰ ਆਲੂ। ਹਾਂ, ਜਿਹੜਾ ਸਭ ਤੋਂ ਸਹੀ ਸਵਾਲ ਤੁਸੀਂ ਪੁੱਛਿਆ, ਸਭ ਤੋਂ ਵੱਡੀ ਖਾਸੀਅਤ ਇਸ ਪਲੰਟਰ ਦੀ ਕੀ ਹੈਗੀ ਆ, ਆਲੂ ਦੀ ਪਲੇਸਮੈਂਟ, ਆਲੂ ਆਪਦੀ ਜਗ੍ਹਾ ਦੇ ਕਿਵੇਂ ਪੈਂਦਾ। ਇਸ ਪਲੰਟਰ ਦੇ ਵਿੱਚ ਜਦੋਂ ਤੁਸੀਂ ਆਲੂ ਲਾਉਂਦੇ ਹੋ, ਬਾਕੀਆਂ ਦੇ ਔਸਤ ਪਲੰਟਰ, ਜਿਵੇਂ ਤੁਸੀਂ ਅੱਜ ਕੱਲ੍ਹ ਮੱਕੀ ਵਾਲੀ ਮਸ਼ੀਨ ਲਾਓ, ਮੱਕੀ ਵਾਲੀ ਮਸ਼ੀਨ ਤਾਂ ਆਪਾਂ ਪਹਿਲਾਂ ਮੈਨੂਅਲ ਲਾਉਂਦੇ ਸੀ, ਹੁਣ ਆਪਾਂ ਆ ਗਏ ਪ੍ਰੈਸ਼ਰਾਈਜ਼ ਮਸ਼ੀਨ ਦੇ ਉੱਤੇ, ਨਮੈਟਿਕ ਦੇ। ਨਮੈਟਿਕ ਆਪਾਂ ਕਿਉਂ ਲਾਉਣੀ ਸ਼ੁਰੂ ਕੀਤੀ ਕਿ ਉਹਦਾ ਜਿਹੜਾ ਦਾਣੇ ਜਿੰਨੀ ਦੂਰੀ ਸੈੱਟ ਕਰ ਦਿੰਦੇ ਆਪਾਂ, ਉਹ ਦੂਰੀ ਉੱਥੇ ਹੀ ਰਹਿੰਦੀ ਆ,
ਆਪਾਂ ਉਸ ਦਿਨ ਕਹਿ ਲਓ 80 ਤੋਂ 90 ਪੈਸੇ ਉਹਦੀ ਦਾਣਾ ਨਹੀਂ ਹਿਲਦਾ ਹੈਗਾ ਰੇਸ਼ੋ ਮਤਲਬ ਕਾਂਸਟੈਂਟ ਬਜਾਈ ਹੁੰਦੀ ਹੈ ਕਾਂਸਟੈਂਟ ਬਜਾਈ ਹੁੰਦੀ ਆ ਉਹਦੇ ਨਾਲ ਕੀ ਆ ਝਾੜ ਵੀ ਵੱਧ ਨਿਕਲਦਾ ਬਿਲਕੁਲ ਪੂਰਾ ਦਾਣਾ ਵੀ ਪੂਰਾ ਕਹਿ ਲਓ ਅੱਗੇ ਫਸਲ ਨੂੰ ਪੂਰੀ ਚੜ੍ਹਦੀ ਹੈ ਇਹਦੇ ਵਿੱਚ ਕੀ ਆ ਜਦੋਂ ਤੁਸੀਂ ਆਲੂ ਲਾਉਂਦੇ ਹੋ ਇਹ ਆਲੂ ਤੁਹਾਨੂੰ ਪਹਿਲਾਂ ਲੀਹ ਮਾਰਦਾ ਆਹ ਚੀਜ਼ ਹੈ ਜਿਹੜੀ ਹਾਂ ਇਹ ਜਿਹੜੀ ਲੀਹ ਮਾਰਦੀ ਹੈ ਪਹਿਲਾਂ ਲੀਹ ਮਾਰ ਕੇ ਕੀ ਆ ਇਹਦੇ 'ਚ ਇੱਕ ਕਨਾਲ ਬਣਾ ਦਿੰਦੀ ਆ ਆਲੂ ਜਿਹੜਾ ਡਿੱਗਦਾ ਵੀ ਹੈ ਇਸ ਮਸ਼ੀਨ ਦੇ ਵਿੱਚ ਆਹ ਤੁਸੀਂ ਵੇਖੋ ਜ਼ਮੀਨ ਤੋਂ ਕੁਛ ਗਿੱਠ ਕੁ ਉੱਚਾ ਠੀਕ ਹੈ ਜੀ ਇਹ ਗਿੱਠ ਕੁ ਉੱਚਾ ਇਹਦੀ ਆਲੂ ਜਿਹੜੀ ਡਿੱਗਦਾ ਬਹੁਤ ਥੱਲੇ ਆ ਕੇ ਡਿੱਗਦਾ ਆਮ ਕੋਈ ਵੀ ਪਲਾਂਟਰ ਤੁਸੀਂ ਲਾਓਗੇ ਲੋਕਲ ਲੈਵਲ ਤੇ ਲਾਓਗੇ ਕੋਈ ਵੀ ਲਾਓਗੇ ਉਹ ਬੜੀ ਹਾਈਟ ਤੋਂ ਆਲੂ ਸਿੱਟਦਾ ਇਹ ਤਾਂ ਤੁਸੀਂ ਐ ਮੰਨ ਕੇ ਚੱਲੋ ਵੀ ਜਿਹੜੀ ਵਿਚਾਲੇ ਇੱਕ ਟ੍ਰੈਂਚ ਬਣ ਜਾਂਦੀ ਆ ਉਹਦੇ ਵਿੱਚ ਹੱਥ ਨਾਲ ਰੱਖਣ ਵਾਲਾ ਕੰਮ ਹੀ ਹੋ ਬਿਲਕੁਲ ਐ ਹੱਥ ਨਾਲ ਆਪਾਂ ਪੋਲੇ ਪਾ ਰੱਖਦਾ ਉਹਦੇ ਨਾਲ ਕੀ ਆ ਕਿ ਆਲੂ ਆਪਦੀ ਜਗ੍ਹਾ ਤੋਂ ਨਹੀਂ ਹਿਲਦਾ ਹਿਲਦਾ ਉਹਨੂੰ ਸਪੇਸ ਪ੍ਰੋਪਰ ਮਿਲਦੀ 80 ਤੋਂ 80 ਪੈਸੇ ਆਪਾਂ ਲਾ ਕੇ ਚੱਲਦੇ ਆ ਕਿਉਂਕਿ ਮਸ਼ੀਨ ਹੈ ਮਸ਼ੀਨ ਦੇ ਵਿੱਚ ਵੀ ਹੋ ਸਕਦਾ 80 ਪੈਸੇ ਇਹ ਆਲੂ ਆਪਦੀ ਜਗ੍ਹਾ ਤੋਂ ਨਹੀਂ ਹਿਲਦਾ ਜੋ ਟ੍ਰੈਂਚ ਬਣ ਗਈ ਆਲੂ ਬਿਲਕੁਲ ਸੈਂਟਰ ਤੇ ਡਿੱਗਦਾ ਇੱਕ ਜਿਹੜੀ ਉਹਦਾ ਬੈਲਟ ਸਿਸਟਮ ਹੈਗਾ ਇਹ ਆਲੂ ਨੂੰ ਗੈਪ ਪ੍ਰੋਪਰ ਦਿੰਦੀ ਆ ਇਹਦੇ ਵਿੱਚ ਤੁਸੀਂ ਆਹ ਗੇਅਰ ਰੇਸ਼ੋ ਹੈਗੇ ਆ ਜੀ ਠੀਕ ਹੈ ਇਹਦੇ 'ਚ ਗੇਅਰ ਆਉਂਦੇ ਹੈਗੇ ਆ ਜੀ ਇੱਥੇ ਆਹ ਗੇਅਰ ਪੈਂਦੇ ਆ ਇਹ ਨੋਰਮਲ ਜਿਵੇਂ ਤੁਸੀਂ ਇੱਥੇ ਗਰਾਰੀਆਂ ਐਕਸਟਰਾ ਹੋਣਗੀਆਂ ਜੀ ਨੋਰਮਲ ਇਹਨੂੰ ਅੱਗੇ ਕਰਕੇ ਤੁਸੀਂ 5 ਮਿੰਟ ਚ ਆਪਦੀ ਆਲੂ ਦੀ ਦੂਰੀ ਵੀ ਸੈੱਟ ਕਰ ਸਕਦੇ ਹੋ ਲਾਗੇ ਆ ਜਾ ਦਿੱਤਾ ਹੋਇਆ ਨਾ ਬਿਲਕੁਲ ਤੁਸੀਂ ਆਪਦੀ ਫਸਲ ਦੇ ਹਿਸਾਬ ਨਾਲ ਕਿਹੜੀ ਵੈਰਾਈਟੀ ਹੈ ਤੁਹਾਡੀ ਆਲੂ ਦੀ ਉਸ ਹਿਸਾਬ ਨਾਲ ਤੁਸੀਂ ਇਹਦੀ ਦੂਰੀ ਸੈੱਟ ਕਰ ਸਕਦੇ ਹੋ ਜਿੱਥੇ ਮਰਜ਼ੀ ਆਲੂ ਲਾਓ ਠੀਕ ਹੈ ਮਤਲਬ ਆਪਾਂ ਗਰਾਰੀਆਂ ਬਦਲ ਕੇ ਜੇ ਦਾਣਾ ਆਲੂ ਦਾ ਜਿਹੜਾ ਬੀਜ ਹੈਗਾ ਉਹ ਅੱਗੇ ਪਿੱਛੇ ਬਿਲਕੁਲ 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 ਆ ਦੇਖੋ ਤੁਸੀਂ ਲਿੰਚ ਪਿੰਨ ਨਹੀਂ ਲੱਗੀ ਆ ਕੁਝ ਹੋਰ ਨਹੀਂ ਲੱਗਾ ਨਾਰਮਲੀ ਕੱਢੋ 5 ਮਿੰਟ ਦੇ ਵਿੱਚ ਤੁਹਾਡਾ ਆਲੂ ਸੈੱਟ ਸੈੱਟ ਸਹੀ ਹੈ ਜੀ ਸੇਮ ਹੀ ਖਾਦ ਵਾਲਾ ਸਿਸਟਮ ਹੈਗਾ ਜੀ ਖਾਦ ਵਾਲੇ ਸਿਸਟਮ ਦੇ ਵਿੱਚ ਪਰਲੇ ਬੰਨੇ ਬਾਕਸ ਹੁੰਦਾ ਉਹ ਖਾਦ ਵਾਲਾ ਸਿਸਟਮ ਹੈਗਾ ਜੀ ਠੀਕ ਹੈ ਇਹ ਖਾਦ ਵੀ ਆਪਾਂ ਘਟਾ ਵਧਾ ਸਕਦੇ ਆ ਆ ਖਾਦ ਵਾਲੇ ਹੈਗੇ ਆ ਇਹ ਇਹ ਕਿੱਧਰ ਹੈਗਾ ਅੱਛਾ ਦੋ ਨੇਗੇ ਇਹਦੇ ਵਿੱਚ ਠੀਕ ਹੈ ਆ ਸਿਸਟਮ ਇਹਦੇ ਵਿੱਚ ਇਹਦਾ ਸੇਮ ਉਹੀ ਗਰਾਰੀ ਸਿਸਟਮ ਹੈਗਾ ਤੁਸੀਂ ਖਾਦ ਵਧਾ ਘਟਾ ਸਕਦੇ ਹੋ ਔਰ ਇਹਦੇ 'ਚ ਐਕੂਰੇਸੀ ਬਹੁਤ ਹੈ ਜਿਵੇਂ ਆਪਾਂ ਮੱਕੀ ਵਾਲੀ ਮਸ਼ੀਨ ਦੇ ਵਿੱਚ ਖਾਦ ਪਾਉਂਦੇ ਹਾਂ ਜੀ ਉਹਦੀ ਐਕੂਰੇਸੀ ਬਹੁਤ ਨਿਕਲਦੀ ਹੈ ਉਸਦਾ ਫਾਇਦਾ ਇਹ ਹੈ ਕਿ ਆਲੂ ਦੇ ਵਿੱਚ ਤੁਸੀਂ ਔਸਤ ਲਾ ਲਓਗੇ ਹੁਣ ਖਾਦ ਦੇ ਰੇਟ ਬਹੁਤ ਵੱਧਦੇ ਜਾ ਰਹੇ ਆ ਤੁਸੀਂ ਜਿੰਨੇ ਬੋਰੇ ਸੈੱਟ ਕਰਤੇ ਮੰਨ ਲਓ ਤੁਸੀਂ ਲੇਬਰ ਦੇ ਹੱਥ ਭੇਜਤਾ ਪਲੰਟਰ ਅੱਗੇ ਆਪਾਂ ਨੂੰ 2 ਤੋਂ 3 ਬੋਰੇ ਐਕਸਟਰਾ ਭੇਜਣੇ ਪੈਂਦੇ ਸੀ ਜੀ ਕਿ ਬਈ ਹਾਂਜੀ ਕਿ ਵੀ ਵੱਧ ਘੱਟ ਵੀ ਪੈ ਸਕਦੇ ਆ ਹੁਣ ਇਹਦੇ 'ਚ ਕਹਿ ਲਓ ਕਿ ਤੁਹਾਡੀ ਉਹ ਵੀ ਔਸਤ ਪੂਰੀ ਐਕੂਰੇਟ ਹੋਣੀ ਸ਼ੁਰੂ ਹੋ ਗਈ 2 ਬੋਰੇ ਵੀ ਤੁਸੀਂ ਖੱਤੇ ਦੇ ਵਿੱਚ ਆ ਲਏ ਤੇ ਮੰਨ ਲਓ ਜੇ ਖਾਦ ਦਾ ਐਵਰੇਜ ਰੇਟ ਆਪਾਂ ਲਾ ਕੇ ਚੱਲਦੇ 1300 2600 ਰੁਪਏ ਤਾਂ ਉਹੀ ਬਚਾ ਗਿਆ ਸਹੀ ਆ 2600 ਉਹੀ ਬਚਾ ਗਿਆ ਤੇ ਨਾ ਘੱਟ ਪਵੇ ਨਾ ਵੱਧ ਪਵੇ ਨਾ ਬਿਲਕੁਲ ਜੀ ਬਿਲਕੁਲ ਐਕੂਰੇਟ ਖਾਦ ਪਊਗੀ ਇਹਦੇ ਵਿੱਚ ਸਹੀ ਆ ਤੇ ਇੱਕ ਗੱਲ ਹੋਰ ਬਾਈ ਜਿਵੇਂ ਆਪਾਂ ਇਹ ਹੈਗਾ ਇੰਪਲੀਮੈਂਟ ਮਹਿੰਗਾ ਥੋੜਾ ਜਿਹਾ ਹਾਂਜੀ ਹਾਂਜੀ ਠੀਕ ਹੈ ਹਰੇਕ ਕਿਸਾਨ ਇੱਕ ਵਾਰੀ ਸੋਚਦਾ ਵੀ ਯਾਰ ਆਪਾਂ ਇਹ ਮਸ਼ੀਨ ਲਈਏ ਕਿਉਂ ਕੰਮ ਤਾਂ ਇਹਨੇ ਕਰਨਾ ਗਾ ਆਪਦਾ ਮੁੱਲ ਤਾਂ ਇਹ ਮੋੜੂਗੀ ਬਿਲਕੁਲ ਕੋਈ ਹੋਰ ਵੀ ਇਹਦੇ ਤੇ ਸਹੂਲਤ ਹੁੰਦੀ ਆ ਵੀ ਕੋਈ ਲੋਨ ਮਿਲ ਜੇ ਫਾਰਮਰ ਨੂੰ ਜਾਂ ਕੋਈ ਮਹਿੰਦਰਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹੀ ਆ ਜੀ ਮਹਿੰਦਰਾ ਦਾ ਇੰਪਲੀਮੈਂਟ ਕੋਈ ਵੀ ਆ ਚਾਹੇ ਪਲੰਟਰ ਆ ਚਾਹੇ ਹੁਣ ਜਿਵੇਂ ਸੁਪਰ ਸੀਡਰ ਦਾ ਸੀਜ਼ਨ ਆ ਗਿਆ ਜੀ ਕਿ ਤੁਹਾਨੂੰ ਬਾਹਰ ਕਿਤੇ ਨਹੀਂ ਜਾਣਾ ਪੈਣਾ ਠੀਕ ਹੈ ਤੁਸੀਂ ਸਾਡੇ ਕੋਲ ਆਓ ਮਹਿੰਦਰਾ ਦੀ ਆਪਣੀ ਫਾਈਨਾਂਸ ਆ ਤੁਸੀਂ ਆਪਦਾ ਆਧਾਰ ਕਾਰਡ ਦੇਣਾ ਤੁਹਾਡਾ ਸਿਬਲ ਸਹੀ ਆ ਤੁਹਾਨੂੰ ਕੋਈ ਚੀਜ਼ ਪਲੱਜ ਕਰਾਉਣ ਦੀ ਜ਼ਰੂਰਤ ਨਹੀਂ ਹੈ ਓਕੇ ਆਮ ਤੌਰ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਕੋਈ ਵੀ ਸੰਦ ਲੈਣ ਜਾਓ ਤੁਹਾਨੂੰ ਆਊਟਸੋਰਸ ਕਰਨਾ ਪੈਂਦਾ ਹੈ ਹਰੇਕ ਕੰਪਨੀ ਦਾ ਬੈਂਕ ਦੇ ਨਾਲ ਟਾਈ ਅਪ ਹੁੰਦਾ ਕੋਈ ਮੰਨ ਲਓ ਤੁਸੀਂ ਸੁਪਰ ਸੀਡਰ ਦੀ ਆਪਾਂ ਐਗਜ਼ਾਮਪਲ ਲੈਂਦੇ ਹਾਂ ਸੁਪਰ ਸੀਡਰ ਹੁਣ ਜਿਵੇਂ ਮਾਰਕੀਟ 'ਚ ਬਹੁਤ ਮਸ਼ਹੂਰ ਹੋ ਰਿਹਾ ਕਿ ਸਾਡਾ ਇੰਨੇ ਪੈਸੇ ਦੋ ਤੇ ਲੈ ਜਾਓ ਉਹਦੇ ਵਿੱਚ ਕੀ ਹੈ ਤੁਹਾਨੂੰ ਟਰੈਕਟਰ ਪਲੱਜ ਕਰਾਉਣਾ ਪਊਗਾ ਤੁਹਾਨੂੰ ਫਰਦ ਤੇ ਪਲੱਜ ਕਰਾਉਣੀ ਪਊ ਜੇ ਟਰੈਕਟਰ ਤੇ ਲੋਨ ਖਾਲੀ ਨਹੀਂ ਹੈਗਾ ਤਾਂ ਫਰਦ ਪਲੱਜ ਕਰਾਉਣੀ ਪਊਗੀ ਜੇ ਫਰਦ ਵੀ ਖਾਲੀ ਨਹੀਂ ਹੈਗੀ ਤੁਹਾਡਾ ਲੋਨ ਨਹੀਂ ਹੋਣਾ ਮਹਿੰਦਰਾ ਦੇ ਵਿੱਚ ਤੁਸੀਂ ਆਓ ਆਧਾਰ ਕਾਰਡ ਦਿਓ ਤੁਹਾਡਾ ਸਿਬਲ ਸਹੀ ਹੈ ਤਾਂ ਤੁਹਾਡੀ ਮਸ਼ੀਨ ਤੇ ਲੋਨ ਹੋ ਜਾਊਗਾ ਮਸ਼ੀਨ ਤੇ ਲੋਨ ਹੋਊਗੀ ਇਹ ਨਹੀਂ ਹੈਗਾ ਵੀ ਆਪਣੀ ਜ਼ਮੀਨ ਜਾਂ ਕੋਈ ਟਰੈਕਟਰ ਕਿਸੇ ਚੀਜ਼ ਤੇ 1 ਪੈਸੇ ਦਾ ਨਹੀਂ ਚੜੂ ਤੁਹਾਡੇ ਸਿਬਲ ਤੇ ਲੋਨ ਚੜਨਾ ਜੀ ਬਸ ਅੱਛਾ ਉਹਦੇ 'ਚ ਜੇ ਪਲੰਟਰ ਦੀ ਤੁਸੀਂ ਗੱਲ ਕਰੋ ਇਹਦਾ ਕਹਿ ਲਓ ਜਿਵੇਂ ਲਗਭਗ ਔਸਤ ਇਹਦਾ ਰੇਟ ਹੈਗਾ ਜੀ 5.5 ਕਿਉਂਕਿ ਇਹਦੇ ਮਾਡਲ ਹੋਰ ਬਹੁਤ ਆਉਂਦੇ ਆ ਜਿਵੇਂ ਬਿਨਾ ਖਾਦ ਵਾਲਾ ਹੋ ਗਿਆ ਇੱਕ ਆਹ ਹੋ ਗਿਆ ਇਹ ਵਾਈਬ੍ਰੇਟਰ ਮਕੈਨੀਕਲ ਵਾਈਬ੍ਰੇਟਰ ਇੱਕ ਹੋਰ ਤੁਹਾਨੂੰ ਚੀਜ਼ ਵਿੱਚ ਰਹਿ ਗਈ ਇਹਦੇ 'ਚ ਵਾਈਬ੍ਰੇਟਰ ਲੱਗਾ ਹੁੰਦਾ ਜੀ ਆਹ ਦੇਖੋ ਆ ਲੀਵਰ ਲੱਗਾ ਹੋਇਆ ਓਕੇ ਇਹ ਬੈਲਟ ਨੂੰ ਵਾਈਬ੍ਰੇਟ ਕਰਦਾ ਕਿ ਆਲੂ ਡਬਲ ਨਾ ਜਾਵੇ ਡਬਲ ਨਾ ਜਾਵੇ ਜੇ ਜ਼ਿਆਦਾ ਜੱਕਿਆ ਗਿਆ ਤਾਂ ਉਹ ਉੱਥੇ ਰਹਿ ਜੇ ਹਾਂ ਸਿੰਗਲ ਕਰ ਦੂਗਾ ਠੀਕ ਹੈ ਇਹ ਫਿਰ ਇਹਦੇ ਇਲੈਕਟ੍ਰੋਨਿਕ ਵੇਰੀਐਂਟ ਵੀ ਆਂਦਾ ਉਹਦਾ ਰੇਟ ਹੋਰ ਉੱਤੇ ਹੋ ਜਾਂਦਾ ਠੀਕ ਹੈ ਹੁਣ ਸੁਪਰ ਸੀਡਰ ਦੇ ਵਿੱਚ ਵੀ ਜੇ ਤੁਸੀਂ ਲੋਨ ਕਰਾਉਂਦੇ ਹੈਗੇ ਹੋ ਸੁਪਰ ਸੀਡਰ ਦੇ ਵਿੱਚ ਜ਼ਮੀਨਦਾਰ ਦਾ ਰੁਪਈਆ ਨਹੀਂ ਲੱਗਦਾ ਮੰਨ ਲਓ ਤੁਹਾਡਾ ਔਸਤ 270 ਦੀ
ਕੀਮਤ ਆ ਸੁਪਰ ਸੀਡਰ ਦੀ ਤੁਸੀਂ ਆਓਗੇ ਤੇ 160 ਤੋਂ 165 ਲੋਨ ਹੋ ਜਾਣਾ ਠੀਕ ਹੈ ਜ਼ਿਮੀਂਦਾਰ ਆਪਦਾ ਭਰਾ ਹੋਏ 105,000 10,000 ਰੁਪਿਆ ਦੇਵੇ ਸੁਪਰ ਸੀਡਰ ਲੈ ਜੇ ਉਹੀ ਡੇਢ ਮਹੀਨੇ ਬਾਅਦ ਸਬਸਿਡੀ ਆ ਜਾਣੀ ਹੈ ਤੁਹਾਡੀ 1-5 ਸਬਸਿਡੀ ਆ ਜਾਣੀ ਹੈ ਉਹਦੀ ਜੇਬ 'ਚ ਸਿਰਫ 5,000 ਰੁਪਿਆ ਲੱਗਾ ਠੀਕ ਹੈ 1,60,000 ਦਾ ਸਿਰਫ ਲੋਨ ਚੜਿਆ ਜੀ ਉਹਦੇ ਉੱਤੇ ਠੀਕ ਹੈ ਉਹ ਵੀ ਜੇ ਮੰਨ ਲਓ ਤੁਹਾਡਾ ਸੀਜ਼ਨ ਵਧੀਆ ਲੱਗ ਜਾਂਦਾ ਤੁਹਾਡੀ ਔਸਤ ਆ ਜਾਂਦੀ ਇੰਦਰ ਪ੍ਰੀ ਦੇ ਵਿੱਚ ਉਹ ਫ੍ਰੀ ਕਰ ਲੂਗਾ ਹਾਂ ਉਹ ਪ੍ਰੀ ਕਲੋਜ਼ਿੰਗ ਚਾਰਜਸ ਵੀ ਮਹਿੰਦਰਾ ਨਹੀਂ ਲੈਂਦੀ ਅੱਛਾ ਆਮ ਤੌਰ ਤੇ ਤੁਸੀਂ ਕੋਈ ਵੀ ਲੋਨ ਲੈ ਲਓ ਹਾਂ ਇਹ ਕੋਈ ਬੈਂਕ ਦੱਸਦਾ ਨਹੀਂ ਤੁਸੀਂ ਲੋਨ ਆਵੇ ਟਾਈਮ ਤੋਂ ਪਹਿਲਾਂ ਮੰਨ ਲਓ ਤੁਸੀਂ 2 ਸਾਲ ਦਾ ਲੋਨ ਕਰਾਇਆ ਹਾਂ ਜੇ ਤੁਸੀਂ ਟਾਈਮ ਤੋਂ ਪਹਿਲਾਂ ਬੰਦ ਕਰਾਉਣਾ ਹੈ ਤੇ ਉਹਦੇ ਤੇ ਕਲੋਜ਼ਰ ਚਾਰਜਸ ਲੱਗਦੇ ਆ ਲੱਗਦੇ ਆ ਬਿਲਕੁਲ ਕੋਈ 4 ਲਾਉਂਦਾ ਕੋਈ 8 ਲਾਉਂਦਾ ਕੋਈ 12 ਲਾਉਂਦਾ ਮਹਿੰਦਰਾ ਦੇ ਵਿੱਚ ਇਦਾਂ ਦੀ ਕੋਈ ਜਿਹੀ ਨਹੀਂ ਚੀਜ਼ ਹੈਗੀ ਠੀਕ ਹੈ ਜੇ ਮਤਲਬ ਬੰਦਾ ਪੈਸੇ ਪਹਿਲਾਂ ਦੇਣਾ ਚਾਹੁੰਦਾ ਤਾਂ ਦੇ ਸਕਦਾ ਆਪਦੇ ਪੈਸੇ ਪਹਿਲਾਂ ਦੇ ਕੇ ਆਪਦਾ ਸੀਜ਼ਨ ਲਾ ਕੇ ਉਹ ਮਸ਼ੀਨ ਫ੍ਰੀ ਕਰ ਸਕਦਾ ਸਹੀ ਹੈ ਸਭ ਤੋਂ ਵੱਡੀ ਸਹੂਲਤ ਮਹਿੰਦਰਾ ਵਿੱਚ ਇਹ ਹੈਗੀ ਹੈ ਤੁਹਾਨੂੰ ਕੋਈ ਖੱਜਲ ਖੁਆਰੀ ਨਹੀਂ ਕਿਤੇ ਜਾਣ ਦੀ ਜ਼ਰੂਰਤ ਨਹੀਂ ਇੱਕੋ ਕਾਊਂਟਰ ਤੇ ਜਾਓ ਮੰਨ ਲਓ ਆਪਾਂ ਕਹਿ ਲਈਏ ਵੀ ਜੇ ਕਿਸੇ ਨੇ ਸੁਪਰ ਸੀਡਰ ਵੀ ਲੈਣਾ ਤਾਂ ਨਾ ਤਾਂ ਉਹਨੂੰ ਫਰਦ ਨਾ ਟਰੈਕਟਰ ਦੀ ਕਾਪੀ ਨਾ ਕੁਝ ਨਹੀਂ ਚਾਹੀਦਾ ਕੁਝ ਨਹੀਂ ਉਹਦਾ ਸਿਬਲ ਸਹੀ ਹੋਵੇ ਆਧਾਰ ਕਾਰਡ ਲੈ ਕੇ ਆਵੇ ਆਪਦਾ ਜਿਹੜੀਆਂ ਇਹਨਾਂ ਦੀ ਫਾਈਨਾਂਸਰ ਦੀ ਫਾਰਮੈਲਿਟੀ ਦਾ ਜਿਵੇਂ ਆਧਾਰ ਕਾਰਡ ਪੈਨ ਕਾਰਡ ਜੋ ਵੀ ਹਾਂ ਚੈੱਕਸ ਵਗੈਰਾ ਹੁੰਦੇ ਆ ਤੇ ਜੇ ਤੁਸੀਂ ਮੈਂ ਕਿਸ਼ਤ ਜਿਹੜੀ ਹੈਗੀ ਤੁਸੀਂ ਕਹਿ ਲਓ ਕਿ ਚਾਹੁੰਦੇ ਹੋ ਮਹੀਨੇ ਦੀ ਕਹਿ ਲਓ 6 ਮਹੀਨੇ 12 ਮਹੀਨੇ ਉਹਨੇ ਉਸ ਹਿਸਾਬ ਨਾਲ ਚੈੱਕ ਲੈ ਲੈਂਦੇ ਆ ਜਦੋਂ ਉਹਦਾ ਟਰਮ ਆਉਂਦੀ ਆ ਉਹ ਚੈੱਕ ਲੱਗ ਜਾਂਦਾ ਹੈਗਾ ਜਾਂ ECS ਲੱਗ ਜਾਂਦੀ ਆ ਅੱਜ ਕੱਲ ਦੋਨੇ ਆਪਸ਼ਨ ਆਉਂਦੇ ਆ ਉਹ ਬੈਂਕਿੰਗ ਜ਼ਿਆਦਾ ਵੱਧ ਦੱਸ ਸਕਦੇ ਤੁਹਾਨੂੰ ਠੀਕ ਹੈ ਮਤਲਬ ਇਹ ਲੋਨ ਵਾਲੀ ਸਹੂਲਤ ਵੀ ਤੁਹਾਡੇ ਕੋਲੇ ਅਵੇਲੇਬਲ ਹੈਗੀ ਆ ਬਿਲਕੁਲ ਸਵਾ ਕਹਿ ਲਓ ਕਿ ਤੁਸੀਂ 5.5 ਲੱਖ ਜੇ ਆਪਾਂ ਕਹਿੰਦੇ ਹੈਗੇ ਇਸ ਟਾਈਮ ਨਹੀਂ ਆਪਾਂ ਨੂੰ ਬੀਅਰ ਕਰ ਸਕਦੇ ਤੁਸੀਂ ਸਿਰਫ 3 ਲੱਖ ਮਤਲਬ 2.25 ਲੱਖ ਰੁਪਇਆ ਜਾਂ ਦਿਓ ਜਿਹੜਾ ਵੀ ਵੇਰੀਐਂਟ ਤੁਸੀਂ ਲੈਣਾ ਲੈਣਾਗਾ ਤੇ ਬਾਕੀ ਤੁਸੀਂ ਲੋਨ ਕਰਾਓ ਤੁਸੀਂ ਆਪਦਾ ਝਾੜ ਵੱਧ ਲਓ ਪਲਾਂਟਰ ਦੇ ਵਿੱਚੋਂ ਪਲਾਂਟਰ ਵੀ ਫ੍ਰੀ ਕਰੋ ਤੇ ਉਹ ਆਪਦਾ ਮੁੱਲ ਬਾਕੀ ਬਕਾਇਆ ਵੀ ਪੂਰਾ ਕਰ ਲਓ ਕਰ ਸਕਦਾ ਬਿਲਕੁਲ ਜੀ ਸੋ ਵੀਰੋ ਇਹ ਸੀਗੇ ਬਾਈ ਸੰਦੀਪ ਜੀ ਬਹੁਤ ਵਧੀਆ ਜਾਣਕਾਰੀ ਮੇਰੇ ਹਿਸਾਬ ਨਾਲ ਕਿਸਾਨਾਂ ਵਾਸਤੇ ਹੈਗੀ ਹੈ ਵੀ ਜੇ ਕਿਸੇ ਨੂੰ ਇਹ ਪਲਾਂਟਰ ਚਾਹੀਦਾ ਗਾ ਆਲੂਆਂ ਦੀ ਖੇਤੀ ਵਾਲੇ ਵੀਰ ਨੂੰ ਤਾਂ ਇੱਕ ਤਾਂ ਇਹ ਮਸ਼ੀਨ ਉਹਦੇ ਵਾਸਤੇ ਬਹੁਤ ਵਧੀਆ ਅਤੇ ਦੂਜਾ ਤੁਸੀਂ ਜੇ ਇਕੱਠੇ ਪੈਸੇ ਨਹੀਂ ਲਾਉਣੇ ਤਾਂ EMI ਦੇ ਉੱਤੇ ਇਹ ਜਿਹੜਾ ਪਲਾਂਟਰ ਹੈਗਾ ਤੁਸੀਂ ਖਰੀਦ ਸਕਦੇ ਹੋਗੇ ਸੋ ਜੇ ਚੰਗੀ ਲੱਗੀ ਜਾਣਕਾਰੀ ਤਾਂ ਅੱਗੇ ਸਾਂਝੀ ਜ਼ਰੂਰ ਕਰਿਓ ਮਹਿੰਦਰਾ ਦਾ ਜੇ ਤੁਸੀਂ ਸੁਪਰ ਸੀਡਰ ਵੀ ਲੈਣਾ ਚਾਹੁੰਦੇ ਹੋਗੇ ਉਹ ਵੀ ਤੁਹਾਨੂੰ ਮਤਲਬ ਇਸ ਲੋਨ ਵਾਲੀ ਸਕੀਮ ਦੇ ਉੱਤੇ ਮਿਲ ਸਕਦਾ ਗਾ ਸੋ ਬਹੁਤ ਬਹੁਤ ਥੈਂਕ ਯੂ ਬਾਈ ਸੰਦੀਪ ਜੀ ਗੁਰਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਅੱਧੀ ਆਵਾਜ਼ 'ਤੇ ਸਾਡੇ ਕੋਲ ਪਹੁੰਚਦੇ ਹੋ ਔਰ ਮੇਰਾ ਪਰਸਨਲ ਹੈ ਜੀ ਜਿਹੜਾ ਰਿਵਿਊ ਤੁਸੀਂ ਦਿੰਦੇ ਹੋ ਨਾ ਉਹ ਹੋਰ ਕੋਈ ਯੂਟਿਊਬਰ ਨਹੀਂ ਦਿੰਦਾ ਜੀ ਤੁਸੀਂ ਸਪੈਸੀਫਿਕੇਸ਼ਨ ਪ੍ਰੋਪਰਲੀ ਇੱਕ ਨਾ ਕਹਿ ਲਓ ਮਸ਼ੀਨ ਦੀ ਸਪੈਸੀਫਿਕੇਸ਼ਨ ਦਿੰਦੇ ਹੋ ਜੀ ਉਹਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪਣੀ ਕੋਸ਼ਿਸ਼ ਇਹ ਰਹਿੰਦੀ ਆ ਵੀ ਕਿਸਾਨਾਂ ਤੱਕ ਜਿਹੜੀ ਜੋ ਵੀ ਸਹੀ ਜਾਣਕਾਰੀ ਹੈਗੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਜ਼ਿਮੀਂਦਾਰ ਭਰਾ ਹੁੰਦੇ ਭੋਲੇ ਜੀ ਠੀਕ ਹੈ ਨਾ ਜੀ ਉਹ ਤਾਂ ਜੋ ਉੱਪਰ ਆਪਣਾ ਅੱਜ ਕੱਲ੍ਹ ਨੈੱਟ ਦਾ ਯੁੱਗ ਆ ਜੋ ਉੱਤੇ ਪਾਤਾ ਉਹਨਾਂ ਨੇ ਉਹੀ ਉਹਨੂੰ ਸੱਚ ਮੰਨ ਕੇ ਤੁਰ ਪੈਣਾ ਤੁਰ ਪੈਣਾ ਬਿਲਕੁਲ ਠੀਕ ਹੈ ਨਾ ਜੀ ਇਸ ਕਰਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਜੈਨੂਇਨ ਰਿਵਿਊ ਦਿੰਦੇ ਹੋ ਬਹੁਤ ਥੈਂਕ ਯੂ ਬਾਈ ਥੈਂਕ ਯੂ ਭਾਜੀ ਥੈਂਕ ਯੂ ਸੋ ਵੀਰੋ ਕਿੱਦਾਂ ਦੀ ਲੱਗੀ ਇਹ ਵੀਡੀਓ ਆਪਣਾ ਕਮੈਂਟ ਜ਼ਰੂਰ ਕਰਿਓ ਅਤੇ ਦੂਜੀ ਗੱਲ ਇਹਨੂੰ ਅੱਗੇ ਕਿਸਾਨਾਂ ਨਾਲ ਸਾਂਝੀ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ